ਇੱਕ ਬਜ਼ੁਰਗ ਨੂੰ ਮੁੰਡਿਆਂ ਨੂੰ ਸ਼ਰਾਬ ਪੀਣ ਤੋਂ ਰੋਕਣਾ ਮਹਿੰਗਾ ਪੈ ਗਿਆ। ਜਦੋਂ ਇਸ ਬਜ਼ੁਰਗ ਨੇ ਇਹਨਾਂ ਮੁੰਡਿਆਂ ਨੂੰ ਰੋਕਿਆ ਤਾਂ ਫਿਰ ਇਹਨਾਂ ਮੁੰਡਿਆਂ ਨੇ ਗੁੱਸੇ ਵਿੱਚ ਆ ਕੇ ਇਸ ਬਜ਼ੁਰਗ ਦੀ ਕੁੱਟਮਾਰ ਕਰ ਦਿੱਤੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਦੇ ਵਿੱਚ ਇੱਕ ਮੁੰਡਾ ਜੋ ਕਿ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਸ ਦੇ ਪਿੱਛੇ ਪਿੱਛੇ 4 ਤੋਂ 5 ਹੋਰ ਮੁੰਡੇ ਇਸ ਘਰ ਦੇ ਵਿੱਚ ਵੜ ਜਾਂਦੇ ਨੇ ਅਤੇ ਕੁੱਟਮਾਰ ਕਰਦੇ ਨੇ, ਜਿਸ ਤੋਂ ਬਾਅਦ ਪਰਿਵਾਰ ਵੀ ਬਾਹਰ ਆ ਜਾਂਦਾ ਹੈ। ਇਸੇ ਦੌਰਾਨ ਇਸ ਮੁੰਡੇ ਦੇ ਘਰ ਦੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਪਰ ਆਪਣੇ ਘਰ ਦੀਆਂ ਔਰਤਾਂ ਨੂੰ ਵੀ ਧੱਕੇ ਮਾਰਦਾ ਹੋਇਆ ਨਜ਼ਰ ਆਉਂਦਾ ਹੈ। ਦਰਅਸਲ ਬਜ਼ੁਰਗ ਦਾ ਕਹਿਣਾ ਹੈ ਕਿ ਘਰ ਦੇ ਬੂਹੇ ਅੱਗੇ ਹੀ ਇਹ ਮੁੰਡੇ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਸਨ, ਜਿਨ੍ਹਾਂ ਨੂੰ ਇਸ ਬਜ਼ੁਰਗ ਨੇ ਟੋਕਿਆ ਸੀ। ਇਸੇ ਦਾ ਹੀ ਗੁੱਸਾ ਰੱਖਦਿਆਂ ਹੋਇਆ ਇਸ ਮੁੰਡੇ ਨੇ ਗਲੀ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਦਿਖਾਈ ਹੈ, ਜਿੱਥੇ ਕੱਚ ਦੀਆਂ ਬੋਤਲਾਂ ਤੱਕ ਚੁੱਕ ਚੁੱਕ ਕੇ ਮਾਰੀਆਂ ਨੇ। ਸਕੂਟੀ ਜੋ ਬਾਹਰ ਖੜੀ ਸੀ ਉਸਨੂੰ ਵੀ ਕਈ ਵਾਰ ਉਸਨੇ ਲੱਤ ਮਾਰ ਕੇ ਸੁੱਟਿਆ। ਇਸ ਤੋਂ ਇਲਾਵਾ ਜੇਕਰ ਉਸਦੇ ਘਰ ਦੇ ਉਸਨੂੰ ਰੋਕਣ ਆਉਂਦੇ ਸਨ ਤਾਂ ਉਹਨਾਂ ਨਾਲ ਵੀ ਕੁੱਟਮਾਰ ਕਰਦਾ ਸੀ, ਧੱਕੇ ਮਾਰ ਕੇ ਉਹਨਾਂ ਨੂੰ ਵੀ ਭਜਾ ਦਿੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮੁੰਡੇ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਹੈ। ਇਹ ਗੁਆਂਢ 'ਚ ਰਹਿਣ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਇਸ ਕਦਰ ਗੁੰਡਾਗਰਦੀ ਮਚਾਈ ਗਈ ਹੈ ਤੇ ਹਰ ਵਾਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਮਾਮਲਾ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਦਾ ਹੈ, ਜਿੱਥੇ ਗਲੀ ਦੇ ਵਿੱਚ ਹੀ ਸ਼ਰੇਆਮ ਗੁੰਡਾਗਰਦੀ ਕਰਦਾ ਇਹ ਮੁੰਡਾ ਨਜ਼ਰ ਆਇਆ ਹੈ, ਜੋ ਕਿ ਪਹਿਲਾਂ ਘਰ 'ਚ ਵੜ ਕੇ ਤੇ ਨਾਲ ਉਸਦੇ ਕੁਝ ਹੋਰ ਵੀ ਮੁੰਡੇ ਉਸ ਘਰ ਦੇ ਅੰਦਰ ਜਾਂਦੇ ਨੇ, ਭੰਨ ਤੋੜ ਕਰਦੇ ਨੇ, ਕੁੱਟਮਾਰ ਕਰਦੇ ਨੇ ਤੇ ਫਿਰ ਬਾਹਰ ਆ ਕੇ ਗਲੀ ਦੇ ਵਿੱਚ ਵੀ ਬਵਾਲ ਮਚਾਉਂਦੇ ਨੇ, ਕੱਚ ਦੀਆਂ ਬੋਤਲਾਂ ਚੁੱਕ ਚੁੱਕ ਕੇ ਛੱਤ ਤੇ ਸੁੱਟਦੇ ਨੇ। ਇਸ ਤੋਂ ਇਲਾਵਾ ਬਜ਼ੁਰਗ ਦੇ ਨਾਲ ਵੀ ਕੁੱਟਮਾਰ ਕਰਦੇ ਨੇ। ਗਲੀ ਦੇ ਬਾਹਰ ਬੂਹੇ ਦੇ ਅੱਗੇ ਖੜੀ ਇੱਕ ਐਕਟਿਵਾ ਜੋ ਕਿ ਉਸੇ ਬਜ਼ੁਰਗ ਦੀ ਦੱਸੀ ਜਾ ਰਹੀ ਹੈ, ਉਸਨੂੰ ਵੀ ਕਈ ਵਾਰ ਲੱਤ ਮਾਰ ਕੇ ਇਹ ਸੁੱਟਦਾ ਹੈ ਤੇ ਜਦੋਂ ਇਸ ਮੁੰਡੇ ਨੂੰ ਰੋਕਣ ਦੇ ਲਈ ਉਸਦੇ ਪਰਿਵਾਰਕ ਮੈਂਬਰ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਧੱਕਾ ਮੁੱਕੀ ਕਰਦਾ ਹੈ, ਪਰ ਉੱਥੋਂ ਲੜਾਈ ਕਰਨੋਂ ਨਹੀਂ ਹਟਦਾ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਗਈ ਹੈ। ਹਾਲਾਂਕਿ ਇੱਥੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮੁੰਡੇ ਦੇ ਵੱਲੋਂ ਗੁਆਂਢੀਆਂ ਦੇ ਵੱਲੋਂ ਕਈ ਵਾਰ ਉਹਨਾਂ ਦੇ ਨਾਲ ਇਸੇ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ, ਗੁੰਡਾਗਰਦੀ ਦਿਖਾਈ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਵਾਰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਨੇ ਹਾਲੇ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਇਹ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਇਹ ਫਰਾਰ ਚੱਲ ਰਹੇ ਨੇ। ਰਾਜਕੁਮਾਰ ਹੈ ਜੀ, ਕਿਹੜੇ ਮਹੱਲੇ ਰਹਿੰਦੇ ਹੋ ਤੁਸੀਂ? ਮੈਂ ਰਹਿੰਦਾ ਸ਼ਿਵਪੁਰੀ 1 ਨੰਬਰ ਗਲੀ 'ਚ। ਕੀ ਗੱਲਬਾਤ ਹੋਈ? ਉਹ ਮੇਰੇ ਲੜਕੇ ਦੇ ਬਾਹਰ ਨਾਲ ਦਾ ਗੁਆਂਢੀ ਟੌਟਾ ਮਾਰਦਾ ਸੀ ਤੇ ਮੈਂ ਉਹਨੂੰ ਸਮਝਾਉਣ ਆਇਆ, ਬਾਈ ਇੱਦਾਂ ਦਾ ਨਾ ਕਰ, ਜਿਹੜੀ ਗੱਲ ਆ ਆਪਾਂ ਬੈਠ ਕੇ ਕਰ ਲੈਂਦੇ ਹਾਂ। ਉਹ ਦਾਰੂ ਬਹੁਤ ਜ਼ਿਆਦਾ ਪੀਤੀ ਸੀ, ਆਪਣੇ ਘਰਦਿਆਂ ਨੂੰ ਧੱਕੇ ਮਾਰੇ ਜਾਂਦੇ, ਮੈਨੂੰ ਵੀ ਧੱਕੇ ਮਾਰਦਾ, ਮੇਰੀ ਡਿਸਕ ਹਿੱਲ ਗਈ ਹੈ ਤੇ ਮੈਨੂੰ ਇਨਸਾਫ਼ ਨਹੀਂ ਮਿਲਦਾ। ਮੈਂ 2-3 ਦਿਨ ਹੋ ਗਏ ਆ ਮੈਂ ਕਾਰਵਾਈ 'ਤੇ ਬੈਲਟ ਬੰਨ੍ਹ ਕੇ ਜਾ ਰਿਹਾ ਅਤੇ ਮੈਨੂੰ ਅੱਜ ਕੱਲ੍ਹ ਤਾਂ ਲਾਰਾ ਲਾਈ ਜਾਂਦੇ ਪਏ ਆ। ਉਹ ਬੰਦੇ ਫਰਾਰ ਹੈਗੇ ਆ, ਕੋਈ ਪੁਲਿਸ ਕੋਈ ਕਾਰਵਾਈ ਕਰਦੀ ਨਹੀਂ। ਲੜਾਈ ਦਾ ਕਾਰਨ ਕੀ ਹੈ? ਲੜਾਈ ਦਾ ਕਾਰਨ ਆ ਜੀ, ਗਲੀ 'ਚ ਬੈਠ ਕੇ ਦਾਰੂ ਪੀਂਦੇ ਸੀਗੇ, ਉਹ ਸਾਡੇ ਘਰ ਦੇ ਅੱਗੇ ਮਨਾ ਕੀਤਾ ਅਤੇ ਉਹ ਦਾਰੂ ਦੇ ਨਾਲ ਉਹ ਕਹਿੰਦਾ ਤੂੰ ਘੁਣ ਨਾ ਮਨਾ, ਗਾਲਾਂ ਕੱਢਣ ਲੱਗ ਗਏ ਜੀ ਸਾਡੇ ਬੱਚੇ ਨੂੰ। ਸਾਡੇ ਬੱਚੇ ਨੂੰ ਅਸੀਂ ਆਪਣੇ ਬੱਚੇ ਨੂੰ ਫੜ ਕੇ ਕੋਠੇ ਬੰਦ ਕਰਤਾ ਜੀ। ਉਹ ਬੰਦਾ ਬਾਹਰੋਂ ਇੱਟਾਂ ਮਾਰੀ ਜਾਂਦਾ, ਬੋਤਲਾਂ ਮਾਰੀ ਜਾਂਦਾ ਜੀ, ਤੇ ਮੁੰਡੇ 7 ਵਾਰ ਮੁੰਡੇ ਬੁਲਾ ਕੇ ਸਾਡੇ ਗੇਟ 'ਤੇ ਲੱਤ ਮਾਰ ਕੇ ਅੰਦਰ ਆ ਕੇ ਸਾਡੀਆਂ ਸਕੂਟੀਆਂ ਭੰਨਤੀਆਂ ਅਤੇ ਹਾਂ ਕੱਪੜੇ ਫਾੜਤੇ। ਲੇਡੀ ਸਾਰੇ ਬੱਚੇ ਡਰੇ ਪਏ ਆ ਜੀ, ਨਾ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਜੀ ਘਰ ਦੇ ਅੰਦਰ। ਬੜੇ ਕੁਛ ਹਾਂ, ਘਰ ਦੇ ਅੰਦਰ ਆ ਕੇ ਸਾਰਾ ਸਮਾਨ ਸਮੂਹ ਤੋੜਦਾ ਜੀ। ਸਕੂਟੀ ਛੱਡਤੀ, ਕੂਲਰ ਸੀਗਾ ਕੂਲਰ ਛੱਡਤਾ, ਰਸੋਈ ਦੇ ਭਾਂਡੇ ਸਾਰੇ ਖਲੇਰ ਗਏ ਜੀ ਅਤੇ ਅੰਦਰਲੇ ਦਰਵਾਜ਼ਾ ਤੋੜਨ ਲੱਗੇ। ਬਾਕੀ ਉਹਨੇ ਬੰਦੇ 2-2 ਆਏ, ਉਹਨਾਂ ਨੇ ਫੜ ਕੇ ਬਾਹਰ ਲੈ ਕੇ ਗਿਆ ਉਹਨੂੰ ਜ਼ਬਰਦਸਤ। ਕਿੰਨੇ ਮੁੰਡੇ ਸੀਗੇ ਅਤੇ ਕਿੰਨਾ ਕਿੰਨਾ ਤੁਸੀਂ ਜਾਣਦੇ ਹੋ ਕੀ ਨਾਮ ਹੈ? ਉਹ ਮੁੰਡੇ ਉਹੀ ਲੈ ਕੇ ਆਇਆ ਜੀ, ਬਾਹਰੋਂ ਪਤਾ ਕਿੱਥੋਂ ਲੈ ਕੇ ਆਇਆ ਜੀ। ਹਾਂ, ਇਹ ਮੁੰਡੇ ਦਾ ਨਾਮ ਕੀ ਹੈ? ਇਹ ਮੁੰਡੇ ਦਾ ਨਾਮ ਹੈਗਾ ਜੀ ਸੰਨੀ ਜੀ। ਹਾਂ ਜੀ, ਸੰਨੀ ਹਾਂ, ਇਹਦਾ ਭਰਾ ਨਾਲ ਜਨਾਨੀਆਂ ਲੈ ਕੇ ਆ ਗਏ, ਲੱਤਾਂ ਅੰਦਰ ਜਨਾਨੀਆਂ ਤੋਂ ਅੰਦਰ ਕੱਪੜੇ ਫੜੇ ਅਤੇ ਨਾਲੇ ਲੱਤਾਂ ਲੁੱਤਾਂ ਮਾਰੀਆਂ, ਸਕੂਟੀ ਤੋੜਤੀ ਸਾਡੀ ਸਾਰੀ। ਅਤੇ ਪ੍ਰਸ਼ਾਸਨ ਨੂੰ ਇਹੀ ਮੰਗ ਹੈ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਹਾਂਜੀ, ਅਤੇ ਰੋਜ਼ ਦਾ ਕੰਮ ਹੋ ਗਿਆ ਜੀ, ਗਲੀ ਮੁਹੱਲੇ 'ਚ ਖੜ੍ਹੇ ਹੋ ਕੇ ਦਾਰੂ ਪੀਂਦਾ, ਉਹ ਰੋਜ਼
ਡਰਾਮੇਬਾਜ਼ੀ ਹੁੰਦੀ ਹੈ, ਜੇ ਮਨਾ ਕਰੋ ਤਾਂ ਲੜਾਈ ਜਾਂਦਾ, ਜਿਹੜਾ ਮਨਾ ਕਰਦਾ ਉਹਦੇ ਘਰ ਹੀ ਜਾਂਦਾ, ਇੱਟਾਂ ਰੋੜੇ ਵਰਸਾਉਂਦੇ ਆ ਜੀ, ਬੋਤਲ ਵਰਸਾਉਂਦੇ ਆ ਜੀ। ਹਾਂ ਇਹੀ ਗੱਲ ਆ ਜੀ, ਲੋਕ ਕਹਿੰਦੇ ਨਸ਼ਾ ਬੰਦ ਕਰਾਓ, ਨਸ਼ਾ ਬੰਦ ਕੀ, ਗਲੀਆਂ 'ਚ ਗੱਲ ਨਸ਼ਾ ਚੱਲਦਾ ਪਿਆ ਜੀ। ਹਾਂ ਸ਼ਰੇਆਮ ਚੱਲਦਾ ਪਿਆ ਜੀ, ਆ ਕੇ ਦੇਖ ਸਕਦੇ ਰਾਤ ਨੂੰ ਤੁਸੀਂ 9-10 ਵਜੇ ਗਲੀ 'ਚ ਆ ਕੇ, ਸ਼ਰੇਆਮ ਬੋਤਲਾਂ ਚੱਲਦੀਆਂ, ਸ਼ਰੇਆਮ ਦਾਰੂ ਚੱਲਦੀ ਹੈ, ਸ਼ਨੀਵਾਰ ਐਤਵਾਰ ਨੂੰ ਫੁੱਲ ਟਾਈਮ ਚੱਲਦੀ ਹੈ ਜੀ ਇੱਥੇ। ਉਹ ਜਿਹੜਾ ਰੋਕਦਾ ਉਹਦੇ ਘਰ, ਉਹਦੇ ਇਹ ਹਾਲ ਹੁੰਦਾ ਜੀ, 5-7 ਬੰਦੇ ਲਿਆ ਕੇ ਘਰ 'ਚ ਵੜੇ ਜਾਂਦੇ ਆ, ਅਤੇ ਉਹਨੂੰ ਡਰਾਇਆ ਜਾਂਦਾ, ਧਮਕਾਇਆ ਜਾਂਦਾ ਜੀ ਉਹਨੂੰ। ਸਾਡੇ ਨਾਲ ਦੇ ਨੇ ਮੇਰਾ ਹਸਬੈਂਡ ਫਾਲਤੂ ਦਾ ਪਰੇਸ਼ਾਨ ਕਰਦੇ ਸੀਗੇ ਔਰ ਇੰਨੀ ਖਾਧੀ ਪੀਤੀ ਹੋਈ ਸੀ ਇਹਨੂੰ ਕੁਛ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਔਰ ਗੇਟ ਸਾਡਾ ਬੰਦ ਸੀਗਾ ਗੇਟ ਤੋੜ ਕੇ 5-7 ਮੁੰਡੇ ਅੰਦਰ ਆ ਕੇ ਕੱਲ੍ਹ
ਫਰਾਰ ਨਹੀਂ ਸਰ, ਕੋਈ ਵੀ ਨਹੀਂ ਦਿਖਦਾ ਇਹਨਾਂ ਚੋਂ। ਸਰ ਗੱਲਬਾਤ ਇਹ ਹੈਗਾ ਸਰ, ਮੈਂ ਹੈਗਾ ਸੀ ਆਊਟ ਆਫ ਇੰਡੀਆ ਬਾਹਰ ਤੋਂ ਹੈਗਾ ਸੀ, ਮੇਰੇ ਪਾਪਾ ਦਾ ਫੋਨ ਆਇਆ ਕਿ ਏਦਾਂ ਦਾ ਸਰ ਨਾਲ ਦੇ ਗੁਆਂਢੀਆਂ ਨੇ ਸਾਡੇ ਨਾਲ ਚੱਪੜ ਕੀਤੀ ਹੈ। ਸਰ ਇਹ ਅੱਜ ਦਾ ਨਹੀਂ ਹੈਗਾ ਸਰ, ਲਾਸਟ ਈਅਰ ਵੀ ਸਾਡਾ ਮੁੱਦਾ ਪਹਿਲਾਂ ਵੀ ਥਾਣੇ ਵਿੱਚ ਜਾ ਚੁੱਕਾ ਹੈ ਅਤੇ ਉਦੋਂ ਵੀ ਸਰ ਸਾਡੀ ਮਾਫ਼ੀਨਾਮਾ ਲਿਖਿਆ ਗਿਆ ਸੀ, ਉਦੋਂ ਇਹੀ ਲਿਖਾਇਆ ਗਿਆ ਸੀ ਕਿ ਸਾਨੂੰ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੋਏਗਾ। ਫਿਰ ਦਾਰੂ ਕਰਕੇ ਪਹਿਲਾਂ ਵੀ ਹੋਇਆ ਸੀ ਸਰ, ਇੱਕ ਸਾਲ ਪਹਿਲਾਂ ਦੀ ਫੋਟੋ ਮੇਰੇ ਕੋਲ ਸਾਰੀ ਪਈ ਹੈ ਸਰ ਮੇਰੇ ਫੋਨ ਦੇ ਵਿੱਚ, ਤੇ ਅੱਜ ਵੀ ਸਰ ਸੇਮ ਕਾਰਨ ਹੀ ਇਹੀ ਹੈਗਾ ਸਰ, ਦਾਰੂ ਕਰਕੇ ਰੋਕਿਆ ਗਿਆ ਜੀ, ਉਹ ਕਦੀ ਬੋਤਲ ਚੱਕ ਕੇ ਮਾਰਦਾ, ਕਦੀ ਇੱਟਾਂ ਚੱਕ ਕੇ ਮਾਰ ਰਿਹਾ, ਜੇ ਘਰ ਦੇ ਮੇਰੇ ਘਰ ਗਏ ਨੇ ਤੇ ਉਹਨੇ ਦਰਵਾਜ਼ਾ ਤੋੜ ਕੇ ਮੇਰੀ ਭਾਬੀ ਦੀ ਇੱਜ਼ਤ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਉਹਨੇ, ਮਸਾਂ ਭੱਜ ਕੇ ਅੰਦਰ ਕਮਰੇ ਵੜ ਕੇ ਆਪਣਾ ਬਚਾਵ ਕੀਤਾ ਜੀ ਉਹਨਾਂ ਨੇ। ਥਾਣੇ ਜਾ ਰਹੇ ਜੀ, ਕੋਈ ਇਨਸਾਫ਼ ਦੀ ਮੰਗ ਕਰ ਰਹੇ ਜੀ ਥਾਣੇਦਾਰਾਂ ਕੋਲ, ਥਾਣੇ ਕੋਈ ਇਨਸਾਫ਼ ਮਿਲ ਨਹੀਂ ਰਿਹਾ ਜੀ, ਨਸ਼ਾ ਰੋਕਣਾ ਮਹਿੰਗਾ ਪੈ ਗਿਆ, ਦੱਸੋ ਕੀ ਕਰ ਸਕਦੇ ਆ, ਥਾਂ ਤਾਂ ਠੇਕੇ ਖੋਲ ਰਹੇ ਆ ਜੀ, 10-12 ਬੰਦੇ ਅੰਦਰ ਵੜੇ ਜੀ, ਹਾਂਜੀ ਸਾਰੇ ਗਲੀ ਦੇ ਰਲੇ ਮਿਲੇ ਹੈਗੇ ਸੀ ਜੀ, ਹੁਣ ਸਾਨੂੰ ਨੀ 75 ਬੰਦੇ ਹੈਗੇ, ਗਲੀ ਦੇ 1-2 ਬੰਦੇ ਹੈਗੇ ਸੀ, ਬਾਕੀ 75 ਬੰਦੇ ਸੀ, ਹੁਣ ਕਿਹੜੇ ਬੰਦੇ ਨਾਲ ਲੈ ਗਏ ਕਿਹੜੇ ਨਹੀਂ ਨਾਲ ਲੈ ਗਿਆ ਸਾਨੂੰ ਜੀ, ਇੰਨੀ ਉਸ ਟਾਈਮ ਹੋਸ਼ ਨਹੀਂ ਸੀ, ਸਾਨੂੰ ਤਾਂ ਆਪਣਾ ਬਚਾਵ ਦੀ ਹੋਸ਼ ਸੀ ਕਿ ਬਚਾਵ ਕਰੀਏ ਆਪਣਾ ਕਿਸੇ ਤਰ੍ਹਾਂ। ਇਹ ਥਾਣਾ ਸਰ ਸੁੰਦਰ ਨਗਰ ਪੈਂਦਾ ਜੀ, ਦੇਸੀ ਥਾਣਾ।